ਅੱਜ ਅੱਜ ਲੜਾਈ ਸਾਰੇ ਪਾਸੇ ਹੋਈ ਨਹੀਂ ਹੋਈ ਪਈ ਜਿਹੜੇ ਬੰਦਿਆਂ ਜੋ ਆਪਾਂ ਨਿਕਲ ਕੇ ਆਏ ਆ ਅੱਜ ਉਹ ਬੰਦੇ ਸਾਨੂੰ ਇਹ ਕਹਿ ਰਹੇ ਆ ਕਿ ਇਹ ਨਾਸਤਕ ਹੋ ਗਿਆ ਜੀ ਆਏ ਹੋਗੇ ਜੋ ਹੋ ਗਿਆ ਮਤਲਬ ਇਹਹੀ ਇਹ ਕਹਿੰਨੇ ਯਾਰ ਤੁਸੀਂ ਜੋ ਮੰਨ ਰਹੇ ਤੁਹਾਨੂੰ ਮੁਬਾਰਕ ਜੋ ਅਸੀਂ ਮੰਨ ਰਹੇ ਸਾਨੂੰ ਮੁਬਾਰਕ ਵੀ ਜੇ ਮੈਂ ਭਾਈ ਛੋਟੀ ਜੀ ਐਗਜ਼ਾਮਪਲ ਦਿੰਨਾ ਵੀ ਭਾਈ ਰਣਜੀਤ ਸਿੰਘ ਹੁਣ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕਰਦੇ ਆ ਹਾਂ ਜੀ ਹਣਾ ਜੀ ਤਕਰੀਬਨ ਹਰ ਦਵਾਨ ਦੇ ਵਿੱਚ ਇੱਕ ਜਾਂ ਦੋ ਸ਼ਬਦ ਲੈ ਜਾਂਦੇ ਆ ਜਿਨ੍ਹਾਂ ਦੇ ਅਰਥ ਕੀਤੇ ਜਾਂਦੇ ਆ ਤੇ ਅਰਥ ਜਿਹੜੇ ਆ ਉਹ ਬਿਲਕੁਲ ਨਮੀਨ ਹੁੰਦੇ ਆ ਜੋ ਅੱਜ ਸਮਾਂ ਚੱਲ ਰਿਹਾ ਸਮੇਂ ਦੇ ਅਨੁਸਾਰ ਟੁਕਦੇ ਹੁੰਦੇ ਆ ਸਾਨੂੰ ਇੰਜ ਲੱਗਦਾ ਸਾਡਾ ਇਹ ਨਜ਼ਰੀਆ ਠੀਕ ਹੈ ਜੀ ਹੁਣ ਜਿਹੜੇ ਸੰਪਰਦਾਈ ਆ ਉਹ ਇਸੇ ਗੱਲ ਦਾ ਰੌਲਾ ਪਾਈ ਜਾ ਰਿਹਾ ਆ ਵੀ ਇਹ ਜੀ ਢੱਡਰੀਆਂ ਵਾਲਾ ਜਿਹੜਾ ਉਹ ਜੀ ਗੁਰਬਾਣੀ ਦੇ ਸ਼ਬਦਾਂ ਦੇ ਅਨਰਥ ਕਰ ਰਿਹਾ ਜੀ ਹੂੰ ਠੀਕ ਹੈ ਜੀ ਜਦੋਂ ਹੁਣ ਆਪਣੇ ਰਗੇ ਬੰਦੇ ਜਿਹੜੇ ਸੁਣਦੇ ਆ ਸਾਨੂੰ ਇੰਜ ਲੱਗਦਾ ਵੀ ਯਾਰਾਂ ਤੇ ਆਰਥ ਤੇ ਕਦੀ ਸੋਚੇ ਨਹੀਂ ਵੀ ਆ ਤੇ ਬਾਲੀ ਸੋਣੀ ਗੱਲ ਹੋਈ ਪੀ ਇਹ ਦੇ ਮੌਜੂਦਾ ਸਮੇਂ ਵਾਸਤੇ ਬਹੁਤ ਵਧੀਆ ਟੁਕਦੇ ਆ ਜਿਹੜੇ ਨਵੇਂ ਅਰਥਾਂ ਦੀ ਗੱਲ ਜਿਵੇਂ ਤੁਸੀਂ ਕਰਨਦੇ ਆ ਨਾ ਕਿ ਠੀਕ ਹੈ ਇੱਕ ਬੰਦਾ ਕੋਈ ਜਣਾ ਨਵਾਂ ਅਰਥ ਕਰਦਾ ਜਿਵੇਂ ਪ੍ਰੋਫੈਸਰ ਸਾਹਿਬ ਜੀ ਤੋਂ ਪਹਿਲਾਂ ਹੋਰ ਸੀ ਫਿਰ ਪ੍ਰੋਫੈਸਰ ਦੇ ਆਏ ਤੇ ਉਹਦਾ ਵੀ ਰੋਲਾ ਪਿਆ ਹੈ ਨਾ ਤੇ ਇਦਾਂ ਹੁਣ ਜੇ ਵਾ ਭਾਈ ਸਾਹਿਬ ਦੀ ਗੱਲ ਕਰੀਏ ਤੇ ਮੈਨੂੰ ਹੀ ਲੱਗਦਾ ਕਿ ਜਿਹੜੇ ਭਾਈ ਸਾਹਿਬ ਦੇ ਸਰੋਤੇ ਆ ਜਾਂ ਇੱਕ ਦੋ ਹੋਰ ਬੰਦਿਆਂ ਨੂੰ ਜਿਹੜੇ ਲੋਕ ਸੁਣਦੇ ਆ ਉਹਨਾਂ ਦਾ ਨਜ਼ਰੀਆ ਇੰਨਾ ਜ਼ਿਆਦਾ ਤਿੱਖਾ ਹੋ ਗਿਆ ਵੈ ਕਿ ਉਹਨਾਂ ਨੂੰ ਲੱਗੂ ਕਿ ਹਾਂ ਯਾਰ ਇਹ ਗੱਲ ਸਮੇਂ ਤੇ ਆ ਰਹੀ ਹੈ ਪਰ ਮੈਨੂੰ ਲੱਗਦਾ ਕਿ ਹੁਣ ਜੇ ਆਪ ਸਾਡੇ ਪ੍ਰੋਗਰਾਮ ਜਿਹੜੇ ਤੁਸੀਂ ਕੀਤੇ ਹੋਏ ਨਾ ਗਰਵਾਣੀ ਦੇ ਅਰਥ ਲਓ ਤੁਸੀਂ ਉਹ ਆਪਣਾ ਨਜ਼ਰੀਆ ਹੋਰ ਐਂਗਲ ਦਿੱਤਾ ਵਿੱਚ ਜੀ ਜੀ ਕਿ ਬਾਣੀ ਦੇ ਜਿੰਨੇ ਮਰਜੀ ਹਾਵ ਨਾਲ ਤੁਸੀਂ ਕਰ ਸਕਦੇ ਹੋ ਇਹ ਥੋਪਦੇ ਆ ਕਿ ਤੁਸੀਂ ਨਹੀਂ ਐਦਾਂ ਹੀ ਕਰੋ ਤੇ ਅਸੀਂ ਜਿਵੇਂ ਤੂੰ ਗੱਲ ਤੁਸੀਂ ਗੱਲ ਕਰ ਰਹੇ ਆ ਨਾ ਕਿ ਇਹ ਅਸੀਂ ਇਦਾਂ ਕਰ ਰਹੇ ਆ ਉਹ ਇੱਕ ਗਲੈਂਪਲ ਮੈਨੂੰ ਯਾਦ ਆ ਗਈ ਭਾਜੀ ਕਹਿੰਦੇ ਜੇ ਅਸੀਂ ਅਸੀਂ ਬੰਦੇ ਇਕੱਠੇ ਕਰ ਲਏ ਹਨਾ ਬੰਦਿਆਂ ਨੂੰ ਕਿਸੇ ਨੂੰ ਹਰੀਆਣ ਕਲਵਾਤੀ ਕਿਸੇ ਨੂੰ ਲਾਤੀ ਲਾਲ ਕਿਸੇ ਨੂੰ ਲਾਤੀ ਨੀਲੀ ਹੂੰ ਠੀਕ ਆ ਸਾਰਿਆਂ ਨੂੰ ਲਾ ਕੇ ਤੇ ਇੱਕ ਨੂੰ ਪੁੱਛਿਆ ਕਿ ਤੈਨੂੰ ਕਿਦਾਂ ਦਾ ਦਿਖ ਰਿਹਾ ਉਹ ਕਹਿੰਦਾ ਨੀਲਾ ਸਾਰਾ ਕੁਝ ਤੇ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਕਿ ਲਾਲ ਹੂੰ ਤੇ ਉਹ ਕਹਿੰਦਾ ਚਲੋ ਤੁਸੀਂ 5 ਮਹੀਨੇ ਅਣਕ ਲਾ ਰੱਖੋ ਹੂੰ 5 ਮਹੀਨੇ ਲਵਾਈ ਫਿਰ 5 ਸਾਲ ਵੀ ਲਵਾਈ ਕਈਆਂ ਨੂੰ 5 ਸਾਲ ਲਵਾਈ ਹੂੰ ਤੇ 5 ਸਾਲ ਬਾਅਦ ਉਹ 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 5 ਸਾਲ ਬਾਅਦ ਉਹਨੂੰ ਪੁੱਛਿਆ ਰਿਹਾ ਕਿ ਦੁਨੀਆ ਕਿੱਦਾਂ ਦੀ ਹੈ ਹੂੰ ਆੜ ਵਾਲਾ ਕਿਦਾਂ ਦਾ ਉਹ ਕਹਿੰਦਾ ਲਾਲ ਹੂੰ ਉਹ ਮੰਨੀ ਨਾ ਉਹ ਕਹਿੰਦਾ ਭਰਾਵਾ ਅਣਕ ਲਾ ਹੂੰ ਅਣਕ ਲਾ ਕੇ ਦੇਖ ਨੋਰਮਲ ਹੈ ਜਦੋਂ ਅਣਕ ਲਾ ਪਹਿਲੀ ਗੱਲ ਤੇ ਲਾਉਣ ਲਈ ਮਨਜ਼ੂਰ ਨਹੀਂ ਜਿਹੜਾ ਬੰਦਾ ਪੰਜ ਸਾਲ ਅਣਕ ਲਾ ਲਈ ਮੈਂ ਗੱਲ ਕਰ ਰਿਹਾ ਸਾਡੀ ਸਿੱਖ ਪੰਥ ਵਿੱਚ ਇਦਾਂ ਹੋਇਆ ਵਾ ਕਿ ਜਿਹੜਾ ਸੰਪਰਦਾਇਆਂ ਨੇ ਜਾਂ ਦੂਜਿਆਂ ਨੇ ਇਤਿਹਾਸ ਕਹਿ ਲੋ ਗੁਰਬਾਣੀ ਦੇ ਅਰਥ ਕਹਿ ਲੋ ਤੇ ਜਾਂ ਜਿੰਨੀਆਂ ਵੀ ਚੀਜ਼ਾਂ ਸਾਨੂੰ ਸਾਖੀਆਂ ਕਹਾਣੀਆਂ ਜੋ ਸੁਣਾਈਆਂ ਉਹ ਐਨਕ ਵਾਲਾ ਹਿਸਾਬ ਹੋਇਆ ਉਹ ਲਾਤੀਆਂ ਤੇ ਬਸ ਕਹਿੰਦੀ ਇਹੀ ਨਜ਼ਰੀਆ ਵੈ ਇਹੀ ਆ ਦੁਨੀਆ ਲਾਲ ਹੈ ਤੇ ਲਾਲ ਹੈ ਨਾਲ ਨਹੀਂ ਹੈ ਕਿ ਮਤਲਬ ਹੁਣ ਜੇ ਭਾਈ ਰঞ্জੀਤ ਸਿੰਘ ਨੇ ਕਿਹਾ ਕਿ ਲਾ ਯਾਰ ਐਨਕ ਹੂੰ ਇਦਾਂ ਦੇਖ ਕੇ ਦੇਖ ਜਾਂ ਆਪਣੀ ਐਨਕ ਲਾ ਕੋਈ ਹਾਂ ਨਾ ਤੇ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹੈ ਤੇ ਮੈਨੂੰ ਲੱਗਦਾ ਕਿ ਜੋ ਆਪਣੇ ਜੋ ਸਾਡੇ ਚ ਤਰਾਸ ਦੀ ਕਹਿ ਲਈਏ ਕਿ ਦੂਜਾ ਵਿਊ ਨੂੰ ਅਸੈਪਟ ਹੀ ਨਹੀਂ ਕਰਨਾ ਚਾਹੀਤੀ ਕਿਤੇ ਦੂਜੇ ਵਿਊ ਬਾਰੇ ਮਤਲਬ ਕੋਈ ਨਵੀਂ ਗੱਲ ਬਾਰੇ ਮਤਲਬ ਜਾਰੀ ਨਹੀਂ ਹੋਣਾ ਉਹ ਇਹ ਐਣਕਾਂ ਵਾਲਿਆਂ ਬੰਦਿਆਂ ਵਾਲਾ ਹਾਲ ਹੈ ਤੇ ਸਾਡਾ ਜਿਆਦਾ ਬਹੁਤਾਤ ਗਿਣਤੀ ਵਿੱਚ ਜਿਹੜਾ ਪੱਠਾ ਬੈਠਾ ਨਾ ਉਹ ਆ ਐਣਕਾਂ ਕਰਕੇ ਹੀ ਬੈਠਾ ਹੋਵੇ ਕਿ ਲਾਲ ਲਵਾਤੀਆਂ ਤੇ ਕਹਿੰਦੇ ਲਵਾ ਲਓ ਫਲਾਣੇ ਮਹਾਂਪੁਰਸ਼ ਨੇ ਕਹਿਤਾ ਜੀ ਫਲਾ ਤੂੰ ਫਲਾਣੇ ਤੋਂ ਵੱਡਾ ਆ ਗਿਆ ਆਹੇ ਮਹਾਂਪੁਰਸ਼ ਤੇ ਆਹ ਕਹਿ ਗਏ ਮਤਲਬ ਕਥਾਵਾਚਕ ਤੂੰ ਫਲਾਣੇ ਤੋਂ ਜ਼ਿਆਦਾ ਆ ਗਿਆ ਬਲਕਿ ਨਹੀਂ ਭਰਾਵੋ ਉਹਨਾਂ ਨੇ ਨਾਲ ਨੀਲੀਆਂ ਐਣਕਾਂ ਲਾਈਆਂ ਨੇ ਉਹਨਾਂ ਨੂੰ ਉਹਨਾਂ ਦੀਆਂ ਐਣਕਾਂ ਦਾ ਮੁਬਾਰਕ ਹੈ ਜਿਨ੍ਹਾਂ ਨੇ ਉਹੀ ਐਣਕਾਂ ਲਾਉਣੀਆਂ ਲਾ ਰੱਖੋ ਆਪਾਂ ਕਿਸੇ ਨੂੰ ਲਵਾਉਂਦੇ ਨਹੀਂ ਪਰ ਜੇ ਤੁਸੀਂ ਮੈਨੂੰ ਕਹੋਗੇ ਜੋਮਲ ਜਿੰਦਰ ਸਿੰਘ ਨੂੰ ਕਹੋਗੇ ਜਾਂ ਸਾਡਾ ਨਜ਼ਰੀਆ ਟੀਮ ਨੂੰ ਕਹੋਗੇ ਵਿੱਚ ਸੁਜੀਤ ਬਾਜੀ ਆਉਂਦੇ ਆ ਕਿ ਤੁਸੀਂ ਭਈ ਐਨਕ ਨਹੀਂ ਤੁਸੀਂ ਇਹ ਲਾ ਹੀ ਨਹੀਂ ਸਕਦੇ ਐਨਕ ਇਦਾਂ ਨਹੀਂ ਜਿਹਾਣਾ ਜਿਹੜਾ ਤੁਸੀਂ ਸਵਾਲ ਸ਼ੁਰੂ ਚ ਕਿਹਾ ਨਾ ਕਿ ਸਾਨੂੰ ਕਹਿੰਦੇ ਆ ਕਿ ਤੁਸੀਂ ਕਿੱਦਾਂ ਘੜਿਆ ਅਸੀਂ ਉਹ ਐਨਕ ਲਾਤੀ ਹ ਹੁਣ ਅਸੀਂ ਆਪਣੇ ਹਿਸਾਬ ਨਾਲ ਦੇਖਣੇ ਆ ਕਿ ਨਹੀਂ ਯਾਰ ਅੱਜ ਦੇਣੇ ਆ ਤੇ ਮੈਨੂੰ ਇਸ ਹਿਸਾਬ ਨਾਲ ਦੇਖਣਾ ਚਾਹੀਦਾ ਦਿਨ ਦਾ ਮਤਲਬ ਇਹ ਆ ਕਿ ਮੇਰੀ ਪਰਸਨਲ ਲਾਈਫ ਵਿੱਚ ਆ ਚੀਜ਼ਾਂ ਕਿੱਦਾਂ ਮੈਟਰ ਕਰਦੀਆਂ ਨੇ ਜੀ ਐਨਕ ਮੇਰੀ ਉਸ ਹਿਸਾਬ ਦੀ ਹੋਊਗੀ ਹੂੰ ਤੇ ਜੇ ਤੁਹਾਨੂੰ ਨਹੀਂ ਮਨਜ਼ੂਰ ਤੇ ਜੀ ਸਕਦੇ ਤੁਹਾਨੂੰ ਨਹੀਂ ਮਨਜ਼ੂਰ ਕਿਉਂ ਬਾਜੀ ਇਹ ਤਾਂ ਇਹਦੀ ਉਹੀ ਗੱਲ ਆ ਗਈ ਨਾ ਜਿਹੜੀ ਤੂੰ ਐਨਕਾਂ ਲਈ ਕੀਤੀ ਐ ਜਿੱਦਾਂ ਹੁਣ ਇਹ ਸੰਪਰਦਾਇ ਲੋਕ ਐਨਕਾਂ ਲਵਾ ਦਿੰਨੇ ਆ ਉਹ ਐਨਕ ਐਸ ਹਿਸਾਬ ਨਾਲ ਲਵਾਉਣਾ ਹੈ ਕਿ ਜਿਹੜੀ ਅਸੀਂ ਕਹਿਤੀ ਉਹੀ ਐਨਕ ਰੱਖਣੀ ਐ ਤਾਂ ਉਹਦੇ ਨਾਲ ਐਦਾਂ ਹੀ ਦਿਖਦਾ ਸਾਰਾ ਕੁਝ ਆਹੀ ਆ ਤੇ ਭਾਈ ਸਾਹਿਬ ਨੇ ਐਨਕ ਤਾਂ ਟੱਚ ਹੀ ਨਹੀਂ ਕੀਤੀ ਉਹਨਾਂ ਨੇ ਦਿਮਾਗ ਛੇੜਿਆ ਉਹਨਾਂ ਨੇ ਦਿਮਾਗ ਛੇੜਿਆ ਉਹ ਕਹਿੰਦੇ ਵੀ ਦਿਮਾਗ ਹੈ ਦਿਮਾਗ ਸੋਚ ਆਪਣਾ ਸੋਚ ਕੇ ਇਹ ਦੇਖ ਵੀ ਤਾਂ ਧੁੱਪ ਧੁੱਪ ਵਾਲੀ ਐਨਕ ਲਾਉਣੀ ਹੈ ਨਿਗਾਹ ਵਾਲੀ ਲਾਉਣੀ ਹੈ ਠੀਕ ਹੈ ਹੁਣ ਜਿਹ ਹੁਣ ਉਹਨਾਂ ਨੇ ਕਾਮਨ ਸੈਂਸ ਤੇ ਜ਼ੋਰ ਦਿੱਤਾ ਕਿ ਕਾਮਨ ਸੈਂਸ ਤੋਂ ਭਾਵ ਵੀ ਖੁਦਮਖਤਿਆਰ ਖੁਦਮਖਤਿਆਰ ਉਹੀ ਹੁੰਦਾ ਜਿਹੜਾ ਫੈਸਲਾ ਲੰਦਾ ਕਿ ਯਾਰ ਆ ਮੇਰਾ ਪੁਆਇੰਟ ਆਫ View ਪਹਿਲਾਂ ਕਿਸੇ ਨੇ ਬਣਾਇਆ ਹੋਇਆ ਸੀ ਹੁਣ ਮੈਂ ਆਪਣੇ ਦਿਮਾਗ ਨਾਲ ਸੋਚ ਕੇ ਆ ਬਣਾਉਣਾ ਹੁਣ ਜੇ ਇਨਸਾਨੀਅਤ ਨੂੰ ਜਾਂ ਕਿਸੇ ਧਰਮ ਨੂੰ ਅਸੀਂ ਸੰਪਰਦਾਇਆਂ ਵਾਲੀਆਂ ਐਨਕਾ ਲਾ ਕੇ ਦੇਖਦੇ ਸੀ ਤਾਂ ਸਾਡੀ ਸੋਚ ਉਹੀ ਬਣਦੀ ਸੀ ਜੋ ਉਹਨਾਂ ਦੇ ਮਹਾਪੁਰਖਾਂ ਦੀ ਹੈ ਠੀਕ ਹੈ ਹੁਣ ਸੋਚ ਤਾਂ ਉਹ ਬਣ ਜਾਂਦੀ ਸੀ ਪਰ ਜੇ ਉਹ ਸੋਚ ਬਣਾ ਕੇ 20-20 ਇਚਰ ਦਾ ਹੀ ਬੰਦਾ ਫਿਰ ਤੂੰ ਉਹਨੂੰ ਉਹਦੇ ਪਰ ਇਜ਼ਾਮ ਲੱਗਦਾ ਹੀ ਤੂੰ ਮਹਾਪੁਰਖਾਂ ਦੀ ਰੀਸ ਕਰ ਰਿਹਾ ਠੀਕ ਹੈ ਬੰਦਾ ਐਨਕ ਲਾਉਣ ਵਾਲਾ ਕਿਤੇ ਵੀ ਕਿਤੇ ਵੀ ਕੰਫਰਟੇਬਲ ਨਹੀਂ ਸੀ ਭਾਈ ਸਾਹਿਬ ਨੇ ਕੀ ਕੀਤਾ ਉਹ ਚੀਜ਼ ਵਿੱਚ ਆਪਣਾ ਨਜ਼ਰੀਆ ਪਾ ਕੇ ਵੀ ਮੈਂ ਵੀ ਪਹਿਲਾਂ ਇਦਾਂ ਸੋਚਦਾ ਸੀ ਕਿੰਨੀ ਵਾਰੀ ਆਪਾਂ ਨੂੰ ਹੂੰ ਉਹ ਐ ਚੀਜ਼ ਨੂੰ ਦੱਸਦੇ ਆ ਕਿ ਯਾਰ ਆ ਚੀਜ਼ ਨੂੰ ਮੈਂ ਇਦਾਂ ਕੀਤਾ ਤੇਰਾ ਜਿੱਦਾਂ ਜੀ ਕਰਦਾ ਉਦਾਂ ਕਰਕੇ ਦੇਖੜਦਾ ਕਿਉਂ ਹੈ ਤੂੰ ਉਦੋਂ ਨੂੰ ਤੁਰ ਕੇ ਦੇਖ ਜੇ ਨਾ ਠੀਕ ਲੱਗਿਆ ਮੁੜੇ ਜੇ ਠੀਕ ਲੱਗਿਆ ਤੁਰਪੀ ਤੇਰੇ ਨਾਲ ਚਾਰ ਬੰਦੇ ਹੋਰ ਤੁਰਪਣਗੇ ਜਾਂ ਤੂੰ ਹੀ ਤੁਰਪਿਆ ਬਹੁਤ ਆ ਉਹ ਉਹ ਫਰਕ ਇਹ ਫਰਕ ਇਹੀ ਹੈ ਇੱਕ ਤਾਂ ਨਜ਼ਰੀਆ ਬਣੇ ਹੋਏ ਨੂੰ ਅੜਚਲ ਲਾਉਣੀ ਮੁਰੇ ਐਨਕਾ ਲਾ ਕੇ ਇੱਕ ਉਹ ਤੋਂ ਵੀ ਪਿੱਛੇ ਸਟੈਪ ਜਾ ਕੇ ਉਹਨਾਂ ਨਾਲ ਲਾ ਦੇਣਾ ਵੀ ਤੰਨੂੰ ਐਨਕ ਦੀ ਲੋੜ ਹੈ ਕਿ ਨਹੀਂ ਇਹ ਸੋਚ ਪਹਿਲਾਂ ਸਾਨੂੰ ਭਾਈ ਸਾਹਿਬ ਨਾ ਸੋਚਣ ਲੱਗਾ ਤੇ ਜਿਹੜਾ ਬੰਦਾ ਸੋਚਦਾ ਉਹ ਧਰਮੀ ਬੰਦੇ ਕਬੂਲ ਨਹੀਂ ਕਰਦੇ ਉਹਨੂੰ ਜਿਹੜੇ ਪੁਜਾਰੀ ਵਾਲੇ ਧਰਮੀ ਕਿਉਂਕਿ ਉਹਨਾਂ ਉਹਦੇ ਰੱਬ ਨੂੰ ਵੀ ਫੜ ਲੈਣਾ ਪੁਜਾਰੀ ਵਾਲੇ ਨੂੰ ਹਾਂ ਹਾਂ